ਮੇਰੇ ਨਾਲ ਬਟਾਲਾ ਤੋਂ ਵੀਡੀਓ ਕਾਲ 'ਤੇ ਨੇ ਸਰਦਾਰ ਭੁਪਿੰਦਰ ਸਿੰਘ ਮਾਨ, ਬਹੁਤ ਸੀਨੀਅਰ ਕਿਸਾਨ ਲੀਡਰ ਨੇ, ਬੀ ਕੇ ਯੂ ਦੇ ਮੁੱਢਲੇ ਲੀਡਰਾਂ ਦੇ ਵਿੱਚੋਂ ਨੇ। ਸਤਿ ਸ਼੍ਰੀ ਅਕਾਲ ਜੀ ਮਾਨ ਸਾਹਿਬ। ਸਤਿ ਸ਼੍ਰੀ ਅਕਾਲ ਜੀ ਕਮਰ ਸਾਹਿਬ। ਭੁਪਿੰਦਰ ਸਿੰਘ ਜੀ, ਤੁਸੀਂ ਮੈਂ ਜਿਵੇਂ ਹੁਣੇ ਦੱਸਿਆ ਵਾ ਕਿ ਮੁੱਢਲੇ ਕਿਸਾਨ ਲੀਡਰਾਂ ਦੇ ਵਿੱਚੋਂ, ਜੇ ਮੈਨੂੰ ਯਾਦ ਹੈ ਤੁਸੀਂ ਸੰਘਰਸ਼ ਜਿਹੜਾ ਵਾ 40-45 ਸਾਲ ਪਹਿਲਾਂ ਸ਼ੁਰੂ ਕੀਤਾ ਸੀ, ਪਰ ਪਿਛਲੇ 2-3 ਸਾਲ ਤੋਂ ਥੋੜ੍ਹਾ ਜਿਹਾ ਤੁਸੀਂ ਸੰਘਰਸ਼ ਤੋਂ ਕਿਨਾਰਾ ਜਿਹਾ ਕੀਤਾ ਵਾ, ਕੀ ਵਜ੍ਹਾ ਵਾ? ਇਸ ਤੇ ਸੀ ਜੀ ਕਿ ਜਦੋਂ ਪਿਛਲਾ ਸੰਘਰਸ਼ ਚੱਲਿਆ ਜੀ 3 ਕਾਨੂੰਨਾਂ ਦੇ ਸੰਬੰਧ ਵਿੱਚ ਜੀ, ਉਦੋਂ ਸੁਪਰੀਮ ਕੋਰਟ ਨੇ ਮੇਰੇ ਤੇ ਜ਼ਿੰਮੇਦਾਰੀ ਲਾਈ ਕਿ ਮੈਂ ਇਹਨਾਂ ਸੱਜਣਾ ਮਿੱਤਰਾਂ ਨਾਲ ਗੱਲਬਾਤ ਕਰਕੇ ਇਹਦਾ ਕੋਈ ਹੱਲ ਕੱਢਣ ਦੀ ਕੋਸ਼ਿਸ਼ ਕਰਾਂ ਜੀ। ਉਹਦਾ ਮੈਨੂੰ ਉਹਨਾਂ ਨੇ ਨੋਮੀਨੇਟ ਕੀਤਾ ਜੀ। ਜਦੋਂ ਇਹ ਨੋਮੀਨੇਟ ਕਰ ਦਿੱਤਾ ਤੇ ਇਹਨਾਂ ਸੱਜਣਾ ਨੇ ਜਿਹੜੇ ਉਸ ਵੇਲੇ ਲੀਡਰਸ਼ਿਪ ਸੀਗੀ ਜੀ, ਆਪਣੇ ਸਾਰੇ ਮਿੱਤਰ ਅਜ਼ੀਜ਼ ਸਾਰੇ ਸੀਗੇ, ਉਹਨਾਂ ਨੇ ਪਬਲਿਕਲੀ ਇਹ ਆਖਿਆ ਕਿ ਅਸੀਂ ਨਾ ਤੇ ਸੁਪਰੀਮ ਕੋਰਟ ਨੂੰ ਮੰਨਦੇ ਹਾਂ ਤੇ ਨਾ ਕਿਸੇ ਨਾਲ ਗੱਲ ਕਰਨ ਨੂੰ ਤਿਆਰ ਹਾਂ ਜੀ। ਮੈਂ ਆਨਰੇਬਲ ਚੀਫ ਜਸਟਿਸ ਸਾਹਿਬ ਨਾਲ ਗੱਲ ਕਰਕੇ ਉਹਨਾਂ ਨੂੰ ਰਿਕੁਐਸਟ ਕੀਤੀ ਕਿ ਜਦੋਂ ਇਹਨਾਂ ਨੇ ਗੱਲ ਹੀ ਨਹੀਂ ਕਰਨੀ ਕਿਸੇ ਨਾਲ ਤੇ ਮੈਂ ਕੀ ਗੱਲ ਕਰਕੇ ਤੇ ਇਹਦੇ ਚ ਆਪਣੀ ਜ਼ਿੰਮੇਦਾਰੀ ਨਿਭਾ ਸਕਾਂਗਾ, ਕਾਇੰਡਲੀ ਮੈਨੂੰ ਦੱਸੋ। ਤੇ ਉਹਨਾਂ ਦੀ ਇਜਾਜ਼ਤ ਨਾਲ ਫਿਰ ਮੈਂ ਉਹ ਜ਼ਿੰਮੇਦਾਰੀ ਉਹਨਾਂ ਨੇ ਦੱਸਿਆ, ਫਿਰ ਜਦੋਂ ਇਹਨਾਂ ਗੱਲ ਨਹੀਂ ਕਰਨੀ ਤੇ ਠੀਕ ਛੱਡ ਦੇ, ਮੈਂ ਰਿਜ਼ਾਈਨ ਕਰ ਦਿੱਤਾ ਸੀ। ਤੇ ਫਿਰ ਮੈਂ ਇਹ ਮਹਿਸੂਸ ਕੀਤਾ ਜੀ ਕਿ ਇਹ ਜਿਸ ਤਰੀਕੇ ਨਾਲ ਚੱਲ ਰਹੀ ਹੈ ਉਹਦੇ ਚ ਇਸ਼ੂ ਇਹ ਸੀ, ਯੈਸ ਨੋ ਦਾ ਇਸ਼ੂ ਸੀ, ਮੈਂ ਨਾ ਮਾਨੂ ਦਾ ਇਸ਼ੂ ਸੀ, ਇਸ਼ੂ ਜਿਹੜੇ ਸੀ ਉਹ ਜਿੱਦ ਦੇ ਸੀ, ਸੰਘਰਸ਼ ਦੇ ਤੇ ਆਈਡੀਆਲੋਜੀ ਦੇ ਨਹੀਂ ਸੀ। ਮੈਂ ਸਮਝਦਾ ਸਾਂ ਕਿ ਉਹਦੇ ਵਿੱਚ ਇੰਟਰਵੀਨ ਕਰਨਾ ਉਹ ਫਜ਼ੂਲ ਹੋਏਗਾ ਜਦੋਂ ਇਹ ਗੱਲ ਹੀ ਨਹੀਂ ਕਰਨ ਨੂੰ ਕੋਈ ਮਿੱਤਰ ਤਿਆਰ, ਜਿਹੜੇ ਮਿੱਤਰਾਂ ਨਾਲ ਇੰਨੇ ਸਾਲ ਸੰਘਰਸ਼ ਕੀਤੇ ਹੋਏ ਨੇ, ਬੜੇ ਬੜੇ ਵੱਡੇ ਸੰਘਰਸ਼ ਕੀਤੇ ਨੇ, ਉਹ ਪਤਾ ਨਹੀਂ ਕਿਹੜੇ ਟ੍ਰੈਪ 'ਚ ਫਸ ਗਏ ਸੀ। ਇਸ ਕਰਕੇ ਮੈਂ ਉਹਦੇ ਤੋਂ ਜ਼ਰਾ ਕਿਨਾਰਾ ਕੀਤਾ ਸੀ, ਲੇਕਿਨ ਮੈਂ ਬਿਲਕੁਲ ਐਕਟਿਵ ਹਾਂ। ਹੁਣ ਵੀ ਕੁਝ ਦਿਨਾਂ ਬਾਅਦ ਅਸੀਂ ਆਲ ਇੰਡੀਆ ਲੈਵਲ ਦੇ ਉੱਤੇ ਦਿੱਲੀ ਵਿੱਚ ਇੱਕ ਮੀਟਿੰਗ ਕਰ ਰਹੇ ਹਾਂ, ਉਹਦੇ 'ਚ ਵੀ ਅਸੀਂ ਸੋਚ ਵਿਚਾਰ ਅਸੀਂ ਕਰ ਰਹੇ ਹਾਂ ਕਿ ਜਿਸ ਤਰੀਕੇ ਨਾਲ ਇਹ ਦੇਸ਼ ਦੀ ਆਰਥਿਕਤਾ, ਕਿਸਾਨੀ ਦੀ ਆਰਥਿਕਤਾ ਇਹ ਚੰਗੇ ਤਰੀਕੇ ਨਾਲ ਹੋ ਸਕੇ, ਇਹਦੇ ਬਾਰੇ ਅਸੀਂ ਸਾਰੀ ਹਮੇਸ਼ਾ ਤੋਂ ਸੋਚ ਕਰਦੇ ਰਹੇ ਹਾਂ ਕਿ ਹੁਣ ਵੀ ਕਰਦੇ ਹਾਂ। ਮੈਂ ਇਹਦੇ 'ਚੋਂ ਤੁਹਾਡੇ ਨਾਲ ਸੰਧੂ ਸਾਹਿਬ ਜ਼ਰੂਰ ਦੱਸ ਦੇਣਾ ਚਾਹੁੰਦਾ ਕਿ ਖੇਤੀ ਬੜੀ ਦੇਰ ਤੋਂ ਮੁਸ਼ਕਲ ਦੇ ਵਿੱਚ ਹੈ ਜੀ। ਦੂਸਰਾ ਮੈਂ ਇਹ ਵੀ ਦੱਸ ਦਿਆਂ ਕਿ ਮੈਂ ਕਿਸਾਨ ਹਾਂ ਅਤੇ ਖੇਤੀ ਕਰਦਾ ਜੀ, ਅਤੇ ਇਸੇ ਕਰਕੇ ਮੇਰੀਆਂ ਮੁਸ਼ਕਲਾਂ ਜਿਹੜੀਆਂ ਨੇ ਉਹ ਜਿਹੜੀਆਂ ਖੇਤੀ ਦੀਆਂ ਮੁਸ਼ਕਲਾਂ ਨੇ, ਮੈਂ ਸਮਝਦਾ ਉਹ ਮੇਰੀਆਂ ਮੁਸ਼ਕਲਾਂ ਨੇ। ਸ਼ੋਰ। ਅਤੇ ਜਦੋਂ ਮੇਰੀਆਂ ਮੁਸ਼ਕਲਾਂ ਨੂੰ ਕੋਈ ਡੈਵੀਏਟ ਕਰਕੇ ਅਤੇ ਆਪਣੀਆਂ ਜ਼ਾਤੀ ਸੰਘਰਸ਼ਾਂ ਅਤੇ ਜ਼ਾਤੀ ਇਸ਼ੂਜ਼ ਲੈ ਕੇ ਕੋਈ ਕੱਢੇ ਤਾਂ ਮੈਨੂੰ ਉਹ ਮੁਸ਼ਕਲ ਤਾਂ ਲੱਗਦੀ ਹੈ, ਲੇਕਿਨ ਉਹਨਾਂ ਦੀ ਜਦੋਂ ਇੱਦਾਂ ਦਾ ਇਸ਼ੂ ਆ ਜਾਏ ਤਖਤੀ ਲੈ ਕੇ ਕਿ ਯੈਸ ਨੋ ਜਾਂ ਇਸ ਤਰ੍ਹਾਂ ਦੇ ਇਸ਼ੂ ਮੈਂ ਨਾ ਮਾਨੂੰ, ਜਿਹੜੇ ਇਸ਼ੂਜ਼ ਹੁੰਦੇ ਨੇ ਕਮਰ ਸਾਹਿਬ, ਉਹਨਾਂ ਨੂੰ ਡਿਸਕਸ ਕਰੀਦਾ ਹੁੰਦਾ। ਡਿਸਕਸ ਕਰਕੇ ਜਿਹੜੀ ਦੌਲੇ ਦੀ ਤਾਕਤ ਓਡੀ ਵੱਡੀ ਨਹੀਂ ਜਿੰਨੀ ਗਿਆਨ ਦੀ ਤਾਕਤ ਹੈ, ਤਰਕ ਦੀ ਤਾਕਤ ਹੈ। ਸ਼ੋਰ। ਲੜਾਈ ਤਰਕ ਦੀ ਹੈ, ਔਰ ਮੈਂ ਸਮਝਦਾ
ਕਿ ਤਰਕ ਦੀ ਤੇ ਲੜਾਈ ਵਿੱਚ ਅਸੀਂ ਟੇਬਲ ਤੇ ਹਾਰ ਨਹੀਂ ਸੀ ਖਾਣੀ ਚਾਹੀਦੀ। ਇਹ ਮਾੜਾ ਹੋਇਆ, ਮਾੜਾ ਹੋਇਆ, ਇਹ ਕਿਸਾਨੀ ਨਾਲ ਠੀਕ ਨਹੀਂ ਹੋਇਆ। ਇਸ ਕਰਕੇ ਮੈਂ ਚੁੱਪ ਸਾਂ, ਔਰ ਇਸੇ ਕਰਕੇ ਮੈਂ ਤੁਸੀਂ ਅੱਜ ਜਿਹੜਾ ਸਵਾਲ ਕੀਤਾ ਹੈ ਉਹਦਾ ਮੈਂ ਆਪਣੇ ਮਨ ਤੋਂ ਤੁਹਾਡੇ ਨਾਲ ਆਪਣੀ ਵੇਦਨਾ ਸਾਂਝੀ ਕਰਨ ਦੀ ਕੋਸ਼ਿਸ਼ ਕੀਤੀ ਹੈ। ਬਿਲਕੁਲ ਠੀਕ ਹੈ। ਮੈਨੂੰ ਯਾਦ ਹੈ 1983-84 ਦੇ ਵਿੱਚ ਜਦੋਂ ਸ਼ਰਦ ਜੋਸ਼ੀ ਇੱਕ ਮੁਹਿੰਮ ਚਲਾ ਰਹੇ ਸੀ, ਉਹ ਹੁਣ ਦੁਨੀਆ ਦੇ ਵਿੱਚ ਨਹੀਂ ਰਹੇ, ਉਦੋਂ ਤੁਸੀਂ ਅਤੇ ਬਲਬੀਰ ਸਿੰਘ ਰਾਜੇਵਾਲ ਨੇ ਪੰਜਾਬ ਦੇ ਵਿੱਚ ਇੱਥੇ BKU ਖੜੀ ਕੀਤੀ ਸੀ। ਸੋ ਜਦੋਂ ਤੁਸੀਂ ਇਹ ਕਿਹਾ ਵੀ ਮੈਂ ਨਾ ਮਾਨੂੰ ਵਾਲਾ ਐਟੀਟਿਊਡ ਹੋ ਗਿਆ, ਅਤੇ ਉਦੋਂ ਬਲਬੀਰ ਸਿੰਘ ਰਾਜੇਵਾਲ ਅਤੇ ਹੋਰ ਸਾਥੀਆਂ ਨੂੰ ਤੁਸੀਂ ਮਨਾ ਨਹੀਂ ਸਕੇ ਜਾਂ ਨਾਲ ਨਹੀਂ ਲੈ ਕੇ ਚੱਲ ਸਕੇ? ਨਹੀਂ, ਉਹ ਮੈਨੂੰ ਐਂ ਲੱਗਦਾ ਜੀ ਜਿਸ ਦਾ ਕਿਸੇ ਟ੍ਰੈਪ 'ਚ ਫਸ ਗਏ ਸੀ ਅਤੇ ਉਸ ਟ੍ਰੈਪ 'ਚੋਂ ਨਿਕਲ ਨਹੀਂ ਸਕੇ। ਪਰ ਲੋਕਾਂ ਵੱਲੋਂ ਹੁੰਗਾਰਾ ਤਾਂ ਬਹੁਤ ਮਿਲਿਆ ਜੀ ਇਸ ਸਾਰੇ ਸੰਘਰਸ਼ ਨੂੰ। ਸਾਜ਼ਿਸ਼ ਇਸ ਤਰ੍ਹਾਂ ਹੀ ਹੁੰਦੀ ਹੈ ਜੀ ਜਿਹਦੇ 'ਚ ਲੋਕਾਂ ਨੂੰ ਕਿਸੇ ਵਹਿਮ ਭਰਮ ਚੜਾ ਕੇ। ਦੇਖੋ, ਦੋ ਤਿੰਨ ਗੱਲਾਂ ਸੰਧੂ ਸਾਹਿਬ ਇਹ ਸੀ। ਨੰਬਰ ਇੱਕ, ਲੋਕਾਂ ਨੂੰ ਜਦੋਂ ਇਹ ਡਰਾਵਾ ਪਾ ਦਿੱਤਾ ਕਿ ਤੁਹਾਡੀਆਂ ਜ਼ਮੀਨਾਂ ਅੰਬਾਨੀ ਅਡਾਨੀ ਨੇ ਖੋਹ ਲੈਣੀਆਂ ਨੇ ਜੀ, ਇਹ ਕੋਈ ਅਸਲ 'ਚ ਤਰਕ ਨਹੀਂ ਸੀ, ਲੇਕਿਨ ਲੋਕਾਂ ਨੂੰ ਇਹ ਡਰਾ ਦਿੱਤਾ ਅਤੇ ਲੋਕੀ ਡਰ ਗਏ। ਨੰਬਰ ਦੋ, ਆੜ੍ਹਤੀਆਂ ਨੂੰ ਡਰਾ ਦਿੱਤਾ ਕਿ ਆੜ੍ਹਤ ਖਤਮ ਹੋ ਜਾਣੀ ਜੇ, ਮੰਡੀਆਂ ਖਤਮ ਹੋ ਜਾਣੀਆਂ ਜੇ ਤੁਹਾਡੇ ਜਿਹਦੇ ਦਿੱਤੇ ਹੋਏ ਕਰਜ਼ੇ ਨੇ ਲੋਕਾਂ ਨੂੰ ਕਿਸਾਨਾਂ ਨੂੰ, ਉਹ ਮਾਰੇ ਜਾਣੇ ਜੇ, ਅਤੇ ਇਸ ਕਰਕੇ ਬਚਾ ਲਓ ਆਪਣੇ ਕਰਜ਼ਿਆਂ ਨੂੰ। ਔਰ ਸਾਰੇ ਆੜ੍ਹਤੀ ਜਿਹੜੇ ਨੇ ਆਪਣੇ ਕਰਜ਼ੇ ਜਿਹੜੇ ਕਰੋੜਾਂ ਅਰਬਾਂ ਰੁਪਏ ਉਹਨਾਂ ਨੇ ਕਿਸਾਨੀ ਨੂੰ ਦਿੱਤੇ ਹੋਏ ਸੀ, ਉਹਨਾਂ ਨੂੰ ਬਚਾਉਣ 'ਚ ਉਹਨਾਂ ਵੀ ਕਿਸਾਨ ਦਾ ਚਿਹਰਾ ਪਾ ਲਿਆ ਅਤੇ ਉਹ ਕਿਸਾਨ ਦੇ ਨਾਲ ਹੋ ਗਏ ਅਤੇ ਉਹਨਾਂ ਨੇ ਬੱਲੇ ਜੀ ਬੱਲੇ। ਇਸੇ ਤਰ੍ਹਾਂ ਦੇ ਹੋਰ ਕਈ ਲੋਕ ਸੀ, ਲੇਕਿਨ ਮੈਂ ਤੁਹਾਨੂੰ ਇਹ ਯਾਦ ਕਰਾਉਣਾ, ਤੁਸੀਂ ਸ਼ਰਦ ਜੋਸ਼ੀ ਦੀ ਗੱਲ ਕਰਕੇ ਮੈਨੂੰ ਯਾਦ ਕਰਾਈਏ। ਦੇਖੋ, ਤਾਂ ਜਦੋਂ ਤੁਸੀਂ ਇਹ ਗੱਲ ਯਾਦ ਕਰਾਈਏ, ਮੈਨੂੰ ਯਾਦ ਹੈ ਤੁਸੀਂ ਸਾਡੇ, ਅਸੀਂ ਲੋਕ ਮਹਾਰਾਸ਼ਟਰ ਤੋਂ ਚੱਲੇ ਸੀ ਪੈਦਲ ਜੀ, ਤੁਸੀਂ ਮਿਲੇ ਸੀ ਸਾਨੂੰ ਕੁਰਕਸ਼ੇਤਰ। ਕੁਰਕਸ਼ੇਤਰ ਮਿਲਿਆ, ਕਈ ਦਿਨ ਤੁਹਾਨੂੰ ਗੋਲਫ ਕਲੱਬ ਮਿਲਦੇ ਰਹੇ ਇੱਥੇ ਚੰਡੀਗੜ੍ਹ। ਹਾਂਜੀ, ਉੱਥੇ ਚੱਲ ਕੇ ਅਸੀਂ ਪੈਦਲ ਚੱਲ ਕੇ ਅਸੀਂ ਗਏ ਸੀ ਵਾਹਗਾ ਬਾਰਡਰ ਜੀ। ਹਜ਼ਾਰਾਂ ਦੀ ਗਿਣਤੀ 'ਚ ਪੈਦਲ ਚੱਲ ਕੇ ਨੰਗੇ ਪੈਰੀਂ ਗਰਮੀਆਂ ਵਿੱਚ ਅਸੀਂ ਜਾ ਰਹੇ ਸੀ। ਕਿੱਥੋਂ ਲੋਕ ਚੱਲੇ, ਮਹਾਰਾਸ਼ਟਰ ਤੋਂ ਅੱਗੋਂ ਰਲਦੇ ਗਏ ਇੱਥੋਂ ਪੰਜਾਬ ਤੋਂ, ਅਤੇ ਅਸੀਂ ਉੱਥੇ ਪੈਦਲ ਜਾ ਕੇ ਗਏ ਹਾਂ। ਅਸੀਂ ਕੋਈ ਬਖਤਰਬੰਦ ਗੱਡੀਆਂ ਲੈ ਕੇ ਨਹੀਂ ਸਾਂ ਗਏ ਜੀ, ਅਸੀਂ ਕੋਈ ਇਸ ਤਰ੍ਹਾਂ ਨਹੀਂ ਸੀ ਲੈ ਕੇ ਗਏ ਕਿ ਅਸੀਂ ਜੇਸਬੀਆਂ ਨਾਲ ਲੈ ਕੇ ਜਾਣਾ ਅਤੇ ਉੱਥੇ ਜਾਣਾ। ਮੈਂ ਭੁਪਿੰਦਰ ਸਿੰਘ ਜੀ, ਮੈਂ ਥੋੜ੍ਹਾ ਜਿਹਾ ਹੁਣ ਅੱਗੇ ਵਧਣਾ ਚਾਹੁੰਦਾ। ਤੁਸੀਂ ਕਿਸਾਨੀ ਬਿੱਲਾਂ ਦੀ ਗੱਲ ਕੀਤੀ ਆ, ਇਹਦੇ 'ਚ ਤਾਂ ਕੋਈ ਸ਼ੱਕ ਨਹੀਂ ਕਿ ਜਿਸ ਤਰੀਕੇ ਨਾਲ ਉਹ ਬਿੱਲ ਲਿਆਂਦੇ ਗਏ, ਬਿੱਲਾਂ ਦੇ ਵਿੱਚ ਕੋਈ ਸਹੀ ਗੱਲ ਜਾਂ ਗਲਤ ਗੱਲ ਹੋਵੇ ਨਾ ਹੋਵੇ ਉਹ ਇੱਕ ਵੱਖਰੀ ਚੀਜ਼ ਆ, ਲੇਕਿਨ ਜਿਸ ਤਰੀਕੇ ਨਾਲ ਬਿੱਲ ਲਿਆਂਦੇ ਗਏ ਉਹ ਤਾਂ ਗਲਤ ਸੀ, ਕਿਉਂਕਿ ਕੋਈ ਉਹਨਾਂ 'ਤੇ ਡਿਸਕਸ਼ਨ ਨਹੀਂ ਹੋਈ, ਕੋਈ ਡਿਬੇਟ ਨਹੀਂ ਹੋਈ, ਔਰ ਨਾ ਉਹਨਾਂ 'ਤੇ ਪ੍ਰੋਪਰ ਜਿਹੜੇ ਸਟੇਕ ਹੋਲਡਰ ਨੇ, ਕਿਸਾਨ ਨੇ ਜਾਂ ਕਿਸਾਨੀ ਜਥੇਬੰਦੀਆਂ ਵਾ, ਉਹਨਾਂ ਤੋਂ ਰਾਏ ਲਈ ਗਈ। ਦੇਖੋ, ਜਦੋਂ ਫਿਰ ਇਸ਼ੂ 'ਤੇ ਇਹ ਹੋਣਾ ਚਾਹੀਦਾ ਨਾ ਕਿ ਡਿਸਕਸ਼ਨ ਨਹੀਂ ਹੋਈ, ਕਿ ਇਹ ਇਸ਼ੂ ਹੋਣਾ ਚਾਹੀਦਾ ਕਿ ਕਿਉਂਕਿ ਡਿਸਕਸ਼ਨ ਨਹੀਂ ਹੋਈ ਇਸ ਕਰਕੇ ਗਲਤ ਨੇ। ਇਹ ਨਹੀਂ ਕੋਈ ਇਸ਼ੂ, ਇਹ ਨਹੀਂ ਸੀ ਇਸ਼ੂ, ਇਹ ਸੀ ਕਿ ਸਾਡੀ ਜਿੱਦ ਹੈ
ਕਿ ਇਹ ਕਿਉਂਕਿ ਸ਼ੁਰੂ ਤੋਂ ਇਹ ਗੱਲ ਸ਼ੁਰੂ ਕੀਤੀ ਹੋਈ ਆ ਕਿ ਇਹ ਨਹੀਂ ਜੀ ਅਸੀਂ ਮੰਨਣੇ ਨਹੀਂ, ਇਹ ਗਲਤ ਨੇ, ਉਹਦੇ ਜੇ ਡਿਸਕਸ ਹੁੰਦਾ ਤੇ ਕੋਈ ਚੰਗੀਆਂ ਚੀਜ਼ਾਂ ਨੂੰ ਲਿਆ ਜਾ ਸਕਦਾ ਸੀ, ਮਾੜੀਆਂ ਚੀਜ਼ਾਂ ਛੱਡੀਆਂ ਜਾ ਸਕਦੀਆਂ ਸੀ, ਐਸੀ ਗੱਲ ਨਹੀਂ ਸੀ। ਅਸੀਂ ਦੇਖੋ ਹੁਣ ਕਿੱਥੇ ਖੜੀ ਆ ਗੱਲ ਮਾਨ ਸਾਹਿਬ, ਇਸ ਵੇਲੇ ਕਿਸਾਨੀ ਦੇ ਜਿਹੜੇ ਡਿਮਾਂਡਸ ਆ, ਮੰਗਾਂ ਵਾ, ਕੁਝ ਜਥੇਬੰਦੀਆਂ ਜਿਹੜੀਆਂ ਵਾ ਉਹ ਹਾਲੇ ਵੀ ਸੰਘਰਸ਼ ਕਰ ਰਹੀਆਂ ਵਾ, ਬਾਕੀ ਪਾਸੇ ਹਟ ਗਈਆਂ ਵਾ, ਹੁਣ ਇਸ ਵੇਲੇ ਸਥਿਤੀ ਕਿੱਥੇ ਖੜੀ ਆ? ਕਨਫਿਊਜ਼ਡ ਡਿਮਾਂਡਸ ਨੇ, ਕਾਹਦੀਆਂ ਡਿਮਾਂਡਸ ਨੇ ਕੰਵਰ ਸਾਹਿਬ ਸੰਧੂ ਸਾਹਿਬ? ਦੇਖੋ ਅਸੀਂ ਹਮੇਸ਼ਾ ਹਮੇਸ਼ਾ ਇਹ ਕਹਿੰਦੇ ਰਹੇ ਹਾਂ ਕਿ MSP ਸਾਡੇ ਨਾਲ ਧੋਖਾ ਹੈ, MSP ਨੇ ਸਾਨੂੰ ਬਰਬਾਦ ਕੀਤਾ, MSP ਸਾਨੂੰ ਜਿੰਨੀ ਕੋਸਟ ਆਉਂਦੀ ਹੈ ਸਾਡੀ ਉਹ ਪੂਰੀ ਨਹੀਂ ਕਰਦੀ ਪਈ MSP ਨਾਲ, ਤੇ ਇਸੈਂਸ਼ੀਅਲ ਕਮੋਡਿਟੀ ਐਕਟ ਨਾਲ, ਤੇ 9th ਸ਼ਡਿਊਲ ਨੂੰ ਖੇਤੀ ਦੀਆਂ ਚੀਜ਼ਾਂ 'ਚ ਪਾ ਕੇ ਸਾਡੇ ਨਾਲ ਸਾਡਾ ਨਿਆਂ ਲੈਣ ਦਾ ਹੱਕ ਜਿਹੜਾ ਖਤਮ ਕੀਤਾ ਹੋਇਆ। ਇਹ ਅਸੀਂ ਸਾਰੀਆਂ ਗੱਲਾਂ ਕਰਦੇ ਰਹੇ ਹਾਂ ਤੇ ਅੱਜ ਇਹ ਕਨਫਿਊਜ਼ਡ ਜਿਹੜੀਆਂ ਇਸ਼ੂਜ਼ ਨੇ ਉਹਨਾਂ ਨੂੰ ਲੈ ਕੇ, ਤੇ ਮੈਂ ਸਮਝਦਾ ਹਾਂ ਕੋਈ ਇਸ਼ੂਜ਼ ਨਹੀਂ ਹੈ, ਕਨਫਿਊਜ਼ਨ ਹੈ ਔਰ ਖੇਤੀ ਨੂੰ ਕਨਫਿਊਜ਼ ਕਰਕੇ ਸਾਰਾ ਕੁਝ ਕੀਤਾ ਜਾ ਰਿਹਾ, ਮਾੜੀ ਗੱਲ ਹੈ। ਤੁਹਾਡੇ ਮੁਤਾਬਕ ਇਸ ਵੇਲੇ ਕਿਸਾਨੀ ਨਾਲ ਜੁੜੀਆਂ ਕੀ ਡਿਮਾਂਡਸ ਹੋਣੀਆਂ ਚਾਹੀਦੀਆਂ ਵਾ ਜਿਹੜੀਆਂ ਇਸ ਵੇਲੇ ਨਹੀਂ ਕੋਈ ਚੁੱਕ ਰਿਹਾ? ਦੇਖੋ ਸਾਨੂੰ ਇਹ ਯਾਦ ਹੈ ਛੋਟਿਆਂ ਹੁੰਦਿਆਂ ਤੋਂ ਕਹਿੰਦੇ ਹੁੰਦੇ ਸੀ, ਤੁਹਾਨੂੰ ਵੀ ਸ਼ਾਇਦ ਇਸ ਗੱਲ ਦਾ ਪਤਾ ਹੋਵੇ ਕਿ ਜਦੋਂ ਦਸੌਰ ਖੁੱਲਦਾ, ਇੱਕ ਖਾਬ ਕਹਾਵਤ ਸੀ, ਜਦੋਂ ਦਸੌਰ ਖੁੱਲਦਾ ਉਦੋਂ ਕਿੱਲੇ ਬੱਜੀ ਮੱਝ ਦਾ ਮੁੱਲ ਵੱਧ ਜਾਂਦਾ। ਇਹਦਾ ਮਤਲਬ ਹੈ ਜਦੋਂ ਮਾਰਕੀਟ ਓਪਨ ਅਪ ਹੁੰਦੀ ਹੈ ਉਦੋਂ ਜਿਹੜਾ ਜਿਹੜਾ ਉਤਪਾਦਕ ਹੈ ਉਹਦਾ ਲਾਭ ਹੁੰਦਾ। ਇੱਕ ਸਾਡੀ ਮਾਰਕੀਟ ਓਪਨ ਅਪ ਹੋਣ ਨਹੀਂ ਦਿੱਤੀ ਜਾ ਰਹੀ, ਵੈਸਟਡ ਇੰਟਰਸਟ ਬੜੇ ਨੇ। ਇਹ ਸਾਡੇ ਇਸ਼ੂ ਤੇ ਇਹ ਹੈ ਭਈ ਸਾਨੂੰ ਜੋ ਅਸੀਂ ਪੈਦਾ ਕਰਦੇ ਹਾਂ ਉਹਦੀ ਮਾਰਕੀਟ ਆਉਣ ਦਿਓ, ਉਹਨੂੰ ਸਾਨੂੰ ਜਿਹੜਾ ਗਾਹਕ ਸਾਡੇ ਕੋਲ ਆਉਣਾ ਚਾਹੁੰਦਾ ਉਹਨੂੰ ਆਉਣ ਦਿਓ। ਜੇ ਅਸੀਂ ਕਿਸੇ ਗਾਹਕ ਨੂੰ ਵੇਚਣਾ ਚਾਹੀਏ ਤੇ ਵੇਚਣ ਦਿਓ। ਆਪਣੇ ਚੌਲਾਂ ਤੋਂ ਅਗਰ ਅਸੀਂ ਦਾਣੇ ਕੱਢ ਕੇ ਚੌਲ ਕੱਢ ਕੇ ਵੇਚਣਾ ਚਾਹੀਏ ਤਾਂ ਸਾਨੂੰ ਵੇਚਣ ਦਿਓ, ਜਿੱਥੇ ਚਾਹੀਏ ਉੱਥੇ ਵੇਚਣ ਦਿਓ। ਕੋਈ ਆਹ ਗੱਲ, ਮੈਂ ਪਾਰਲੀਮੈਂਟ ਵਿੱਚ ਇੱਕ ਸਵਾਲ ਸੰਧੂ ਸਾਹਿਬ ਉਠਾਇਆ ਸੀ ਕਿ ਮੈਂ ਝੋਨਾ ਪੈਦਾ ਕਰਦਾ, ਮੈਂ ਉਸ ਝੋਨੇ ਤੋਂ ਉਹਦੇ ਦਾਣੇ ਤੋਂ ਛਿੱਲੜ ਲਾ ਕੇ ਤੇ ਵਿੱਚੋਂ ਚੌਲ ਕੱਢਣਾ ਚਾਹੁੰਦਾ, ਮੈਨੂੰ ਇਜਾਜ਼ਤ ਹੈ? ਪਾਰਲੀਮੈਂਟ 'ਚ ਮੈਨੂੰ ਜਵਾਬ ਮਿਲਿਆ ਹੋਇਆ ਕਿ ਨਹੀਂ ਤੈਨੂੰ ਇਹ ਕਰਨ ਦੀ ਇਜਾਜ਼ਤ ਨਹੀਂ, ਹੱਦ ਹੋ ਗਈ। ਮੈਂ ਆਪਣੇ ਝੋਨੇ ਤੋਂ ਸਿੱਕੜ ਲਾ ਕੇ ਵਿੱਚੋਂ ਚੌਲ ਨਹੀਂ ਕੱਢ ਸਕਦਾ? ਇਸੈਂਸ਼ੀਅਲ ਕਮੋਡਿਟੀ ਐਕਟ ਇੱਦਾਂ ਦਾ ਕੀਤਾ ਹੋਇਆ ਔਰ ਇਸੈਂਸ਼ੀਅਲ ਕਮੋਡਿਟੀ ਐਕਟ ਦੇ ਥੱਲੇ ਮੈਨੂੰ 9th ਸ਼ਡਿਊਲ ਵਿੱਚ ਸੁੱਕਿਆ ਹੋਇਆ ਕਿ ਮੈਂ 9th ਸ਼ਡਿਊਲ ਵਿੱਚ ਹੋਣ ਦੀ ਵਜ੍ਹਾ ਕਰਕੇ ਮੈਂ ਆਨਰੇਬਲ ਕੋਰਟ ਵਿੱਚ ਨਹੀਂ ਜਾ ਸਕਦਾ। ਹੁਣ ਆਨਰੇਬਲ ਕੋਰਟ ਨੇ ਕੁਝ ਫੈਸਲੇ ਕੀਤੇ ਨੇ, ਉਹ ਉਹਨਾਂ ਦੇ ਉੱਤੇ ਕਾਫੀ ਕਿੰਤੂ ਪਰੰਤੂ ਚੱਲ ਰਹੀ ਹੈ। ਆਨਰੇਬਲ ਕੋਰਟ ਨੇ ਜਦੋਂ ਕੁਝ ਉਹਦੀ ਕਰਨ ਦੀ ਇਜਾਜ਼ਤ ਹੋਵੇ ਉਹਨੂੰ ਕਰਨ ਨਹੀਂ ਦਿੰਦੇ। ਇਹ ਸੈਂਸ਼ਲ ਕਮੋਡਿਟੀ ਐਕਟ ਨੂੰ ਸੰਧੂ ਸਾਹਿਬ 9th ਸ਼ਡਿਊਲ ਵਿੱਚ ਪਾਉਣਾ ਇਸ ਖੇਤੀ ਨਾਲ ਬਹੁਤ ਵੱਡਾ ਅਨਿਆਂ ਹੋਇਆ ਹੋਇਆ। ਓਕੇ, ਸੋ ਇੱਕ ਤੇ ਇਹ ਗੱਲ ਹੋ ਗਈ ਜੀ, ਹੋਰ ਜੀ
ਹੋਰ ਕੋਈ ਹੋਰ ਵੀ ਇਸ਼ੂ ਹੈ? ਜਦੋਂ ਨਹੀਂ ਇਸ਼ੂ ਇਸ਼ੂ ਹੈ ਨਹੀਂ, ਦੇਖੋ ਜਦੋਂ ਜਦੋਂ ਇਸ ਤਰ੍ਹਾਂ ਦੇ ਇਸ਼ੂਜ ਵਿੱਚ ਸਾਨੂੰ ਇਹ ਚੀਜ਼ਾਂ ਦਿੱਤੀਆਂ ਜਾਣ ਕਿ ਤੁਹਾਨੂੰ ਤੁਹਾਨੂੰ ਆਜ਼ਾਦੀ ਨਹੀਂ ਦੇਣੀ ਮਾਰਕੀਟ ਦੀ, ਤੁਹਾਨੂੰ ਆਜ਼ਾਦੀ ਨਹੀਂ ਦੇਣੀ ਪ੍ਰੋਸੈਸ ਕਰਨ ਦੀ, ਤੁਹਾਨੂੰ ਆਜ਼ਾਦੀ ਨਹੀਂ ਦੇਣੀ ਆਪਣੇ ਕਿਸੇ ਗਾਹਕ ਕੋਲ ਕੋਈ ਚੀਜ਼ ਤੁਸੀਂ ਖਰੀਦ ਸਕੋ ਸਾਡੇ 'ਤੇ ਘੇਰਾਬੰਦੀ। ਮੈਂ ਕੰਵਰ ਸਾਹਿਬ ਉਹਨਾਂ 'ਚੋਂ ਹਾਂ, ਅਸੀਂ ਸਾਰੇ ਜਿਹੜੇ ਬਾਕੀ ਇੱਥੇ ਸਾਡੇ ਮੇਰੇ ਸਾਥੀ ਨੇ ਉਹਨਾਂ 'ਚੋਂ ਹਾਂ, ਅਸੀਂ 5-5 ਕਿਲੋ ਕਣਕ ਸਿਰ 'ਤੇ ਚੁੱਕ ਕੇ ਅਤੇ ਬਾਹਰ ਖੜਦੇ ਸਾਂ। ਅਸੀਂ ਆਉਂਦੇ ਸਾਂ ਅਸੀਂ ਹਿਮਾਚਲ ਜਾਣਾ, ਡਮਟਾਲ ਤੁਹਾਨੂੰ ਪਤਾ ਹੋਏਗਾ ਪਠਾਨਕੋਟ ਦੇ ਨਾਲ ਹੈ, ਡਮਟਾਲ ਤੋਂ ਅਸੀਂ 5 ਕਿਲੋ ਸਿਰ 'ਤੇ ਕਣਕ ਚੁੱਕ ਕੇ ਆਉਂਦੇ ਹਾਂ, ਅਸੀਂ ਹਿਮਾਚਲ 'ਚ ਲੈ ਕੇ ਚੱਲੇ ਹਾਂ। ਅਸੀਂ ਉਹਨਾਂ ਲੋਕਾਂ 'ਚੋਂ ਹਾਂ ਜਿਨ੍ਹਾਂ ਦੇ ਉੱਤੇ ਸਮਗਲਿੰਗ ਦਾ ਕੇਸ ਬਣਦਾ ਸੀ ਕਿ 5 ਕਿਲੋ ਤੂੰ ਕਣਕ ਲੈ ਕੇ ਚੱਲਿਆ ਸੈਂ, ਔਰ ਅਸੀਂ ਉਹਨੂੰ ਡਿਫੈਂਡ ਨਹੀਂ ਸੀ ਕਰ ਸਕਦੇ। ਸਾਨੂੰ 40-40 ਦਿਨ ਕੈਦ ਬਾ ਮੁਸ਼ਕਤ ਕੱਟੀ ਹੋਈ ਹੈ ਐਸੈਂਸ਼ੀਅਲ ਕਮੋਡਿਟੀ ਐਕਟ ਦੇ ਥੱਲੇ। ਤੁਸੀਂ ਜਿਹੜੀ ਕੀਤੀ ਆ ਵੀ ਮਾਰਕੀਟ ਓਪਨ ਕਰਨ ਦੀ ਲੋੜ ਆ, ਉਹਦੇ 'ਚ ਖਦਸ਼ਾ ਵਾ, ਇੱਕ ਡਰ ਆ ਕਿ ਵੱਡੇ ਮੁਲਕ ਜਿਹੜੇ ਨੇ ਜਿੱਥੇ ਵੱਡੇ ਵੱਡੇ ਫਾਰਮ ਆ, 1,000-1,000 ਜਾਂ 10-10,000 ਏਕੜ ਦੇ ਫਾਰਮ ਨੇ, ਜੇ ਉਹ ਇੰਡੀਅਨ ਮਾਰਕੀਟ 'ਚ ਐਂਟਰ ਕਰ ਗਏ, ਜਿਵੇਂ ਇੰਡੀਅਨ ਮਾਰਕੀਟ ਬਾਹਰ ਐਂਟਰ ਕਰੂਗੀ ਉਹ ਇੱਥੇ ਐਂਟਰ ਕਰ ਗਏ, ਅਤੇ ਜਿਹੜੇ ਛੋਟੇ ਜ਼ਿਮੀਂਦਾਰ ਨੇ 1-2 ਕਿੱਲੇ 4 ਕਿੱਲੇ ਵੇਲੇ ਉਹ ਖਤਮ ਹੋ ਜਾਣਗੇ। ਇਹ ਉਸੇ ਤਰ੍ਹਾਂ ਦਾ ਹੀ ਡਰ ਹੈ ਜਿੱਦਾਂ ਦਾ ਡਰ ਇਹ ਸੀ ਕਿ ਮੰਡੀ ਖਤਮ ਕਰ ਦੇਣੀ ਹੈ, ਅਤੇ ਆੜ੍ਹਤੀਆਂ ਨੂੰ ਇਹ ਡਰ ਸੀ ਵੀ ਸਾਡੇ ਕਰਜ਼ੇ ਮਾਰੇ ਜਾਣੇ ਜੇ। ਇਹ ਉਸੇ ਤਰ੍ਹਾਂ ਦਾ ਹੀ ਡਰ ਜੇ ਭਾਈ ਤੁਹਾਡੀਆਂ ਅੰਬਾਨੀ ਅਤੇ ਅਡਾਨੀ ਨੇ ਜ਼ਮੀਨਾਂ ਖੋਹ ਲੈਣੀਆਂ ਨੇ, ਇਹ ਉਸੇ ਤਰ੍ਹਾਂ ਇਹ ਸੰਸਦ ਦੇ ਲੋਕਾਂ ਇਹ ਸਾਨੂੰ ਲੋਕਾਂ ਨੂੰ ਮੈਨੂੰ ਕਮ ਸੇ ਕਮ ਮੈਨੂੰ ਇਹ ਭਰਮ 'ਚ ਨਹੀਂ ਫਸਾ ਸਕੇ, ਹੋਰ ਨਾ ਬੜਿਆਂ ਲੋਕਾਂ ਨੂੰ ਫਸਾ ਲਿਆ ਹੋਏਗਾ। ਮੈਨੂੰ ਪਤਾ ਇਸ ਗੱਲ ਦਾ, ਮੈਂ ਸਮਝਦਾ ਕਿ ਉਹ ਜੇ ਜਿਨ੍ਹਾਂ ਨੂੰ ਅੱਜ ਤੁਸੀਂ ਵੱਡੇ ਵੱਡੇ ਕਹਿੰਦੇ ਹੋ ਉਹ ਅੱਜ ਤੋਂ ਕੁਝ ਚਿਰ ਪਹਿਲਾਂ ਉਹ ਵੀ ਨਿੱਕੇ ਨਿੱਕੇ ਸੀਗੇ, ਉਹਨਾਂ ਨੂੰ ਉਹਨਾਂ ਨੂੰ ਉਹਨਾਂ ਨੂੰ ਐਵੇਨਿਊਜ਼ ਮਿਲੇ, ਉਹ ਖੇਤੀ ਛੱਡਦੇ ਗਏ, ਖੇਤੀ ਛੱਡ ਕੇ ਹੋਰ ਕਰਦੇ ਗਏ। ਸਾਡੇ ਮੈਂ ਤੁਹਾਨੂੰ ਕਮਰ ਸਾਹਿਬ ਦੱਸਾਂ, 71 ਵਿੱਚ ਤਕਰੀਬਨ ਜਦੋਂ ਅਸੀਂ ਮੈਨੀਫੈਸਟੋ ਬਣਾਇਆ ਨਾ PKU ਦਾ ਜੀ, ਉਹਦੇ ਵਿੱਚ ਇਹ ਸੀ ਵੀ ਖੇਤੀ 'ਤੇ ਭਾਰ ਘਟਾਉਣਾ ਚਾਹੀਦਾ, ਮਤਲਬ ਖੇਤੀ ਵਿੱਚੋਂ ਮੈਨ ਪਾਵਰ ਕੱਢ ਕੇ ਹੋਰ ਪਾਸੇ ਜਾਣੀ ਚਾਹੀਦੀ ਹੈ। ਮੈਨ ਪਾਵਰ 'ਤੇ ਤਾਂ ਹੋਰ ਪਾਸੇ ਜਾਏਗੀ ਨਾ ਜੇ ਮੁੰਡਿਆਂ ਨੂੰ ਧੱਕੇ ਅਸੀਂ ਬਾਹਰ ਤਾਂ ਨਹੀਂ ਸੁੱਟ ਸਕਦੇ, ਬੱਚਿਆਂ ਨੂੰ ਧੱਕੇ ਬਾਹਰ ਸੁੱਟ ਨਹੀਂ ਸਕਦੇ, ਬੱਚਿਆਂ ਨੂੰ ਕੋਈ ਨਾ ਕੋਈ ਦੇਣ ਲਈ ਸਾਡੇ ਕੋਲ ਬੱਚਤ ਚਾਹੀਦੀ ਹੈ ਤਾਂ ਕਿ ਉਹ ਕੁਝ ਹੋਰ ਕਰ ਸਕਣ। ਜੇ ਖੇਤੀ ਵਿੱਚ ਬੱਚਤ ਨਹੀਂ ਆਉਣ ਦਿੱਤੀ ਜਾਂਦੀ ਤੇ ਕਿੱਦਾਂ ਕੁਝ ਹੋਏਗਾ? ਦੇਖੋ ਇਹ ਬੜੀ ਗੱਲ ਹੈ, ਬੜੇ ਚਿਰ ਤੋਂ ਚੱਲਦੀ ਪਈ ਹੈ ਕਿ ਖੇਤੀ ਪਾਲਿਸੀ ਹੋਣੀ ਚਾਹੀਦੀ ਹੈ ਜੀ। ਆ ਕਮੇਟੀਆਂ ਵੀ ਬਣੀਆਂ ਵਾ, 3-4 ਸਰਕਾਰਾਂ ਨੇ ਪੰਜਾਬ 'ਚ ਵੀ ਕਮੇਟੀਆਂ ਬਣੀਆਂ ਵਾ। ਮੈਂ ਬੜੀ ਦੇਰ ਤੋਂ ਇਹ ਕਹਿੰਦਾ, ਮੈਂ ਪਾਰਲੀਮੈਂਟ 'ਚ ਵੀ ਕਹਿੰਦਾ ਰਿਹਾ ਕਿ ਤੁਸੀਂ ਕਹਿੰਦੇ ਹੋ ਖੇਤੀ ਪਾਲਿਸੀ ਹੋਣੀ ਚਾਹੀਦੀ ਹੈ, ਮੈਂ ਕਹਿੰਦਾ ਖੇਤੀ ਪਾਲਿਸੀ ਹੈ ਲੇਕਿਨ ਉਹ ਖੇਤੀ ਪਾਲਿਸੀ ਲਿਖਤ ਨਹੀਂ, ਕਿਉਂਕਿ ਤੁਸੀਂ ਲਿਖ ਨਹੀਂ ਸਕਦੇ, ਉਹ ਅਣਲਿਖਤ ਹੈ। ਲਿਖਤ ਇਸ ਕਰਕੇ ਨਹੀਂ ਕਿ ਸਿੱਧੀ ਗੱਲ ਹੈ ਵੀ ਤੁਸੀਂ ਖੇਤੀ ਨੂੰ ਉਹਦੇ ਡਿਊ ਨਹੀਂ ਦੇਣੇ, ਇਹ ਜੇ ਤੁਸੀਂ ਲਿਖ ਦਿਓਗੇ ਤੇ ਇਹ ਨਹੀਂ ਚੱਲ ਸਕਦਾ ਦੇਸ਼। ਇਸ ਕਰਕੇ ਇਹ ਛੁਪੀ ਹੋਈ ਗੱਲ ਹੈ। ਖੇਤੀ ਨੀਤੀ ਇਹ ਹੈ ਕਿ ਖੇਤੀ ਨੀਤੀ ਨੂੰ ਪਿੰਜਰੇ 'ਚ ਪਾ ਕੇ ਰੱਖਣਾ ਖੇਤੀ ਨੂੰ।
ਔਰ ਉਹ ਆਜ਼ਾਦੀ ਸਾਨੂੰ ਚਾਹੀਦੀ, ਅਸੀਂ ਜੋ ਕਰੀਏ ਕਰੀਏ, ਜੇ ਬਾਕੀ ਸਾਰੀ ਹਰ ਧੰਦਾ ਕਰਨ ਵਾਲੇ ਨੂੰ ਕਮਰ ਸਾਹਿਬ ਜੇ ਖੁੱਲ ਹੈ ਵੀ ਤੂੰ ਕਰ ਸਕਦਾ ਤੇ ਮੈਨੂੰ ਕਿਉਂ ਨਹੀਂ, ਮੈਂ ਆਪਣੀ ਗੱਲ ਕਰਦਾ, ਮੈਨੂੰ ਖੋਲ ਦਵਾ ਦਿਓ ਬਸ। ਤੇ ਇਸੇ ਤਰ੍ਹਾਂ ਦੇ ਮੇਰੇ ਬਾਕੀ ਸਾਥੀ ਨੇ, ਇਸ ਤਰ੍ਹਾਂ ਦੇ ਮੇਰੇ ਬਾਕੀ ਖੇਤੀ ਕਰਨ ਵਾਲੇ ਨੇ, ਐਵੇਂ ਇਹੋ ਜਿਹੇ ਡਰਾਮਾ ਪਾ ਕੇ ਸਾਨੂੰ ਹੋਰ ਪਾਸੇ ਦਾ ਧਿਆਨ ਲਾ ਕੇ ਤੇ ਸਾਨੂੰ ਕੀਤਾ ਜਾਂਦਾ, ਸਾਡੇ ਨਾਲ ਠੀਕ ਨਹੀਂ ਹੋ ਰਿਹਾ। ਮਾਨ ਸਾਹਿਬ, ਪੰਜਾਬ ਦੇ ਉੱਤੇ ਜੇ ਆਪਾਂ ਪੰਜਾਬ ਦੀ ਗੱਲ ਕਰੀਏ, ਪੰਜਾਬ ਦੇ ਵਿੱਚ ਲੈਂਡ ਹੋਲਡਿੰਗਸ ਬਹੁਤ ਥੋੜ੍ਹੀਆਂ ਹੋ ਗਈਆਂ ਵਾ, ਔਰ ਇੱਥੇ ਕਣਕ ਅਤੇ ਝੋਨੇ ਦਾ ਸਾਈਕਲ ਜਿਹੜਾ ਵਾ ਉਹ ਚੱਲ ਰਿਹਾ ਵਾ, ਖਰਚ ਬਹੁਤ ਵੱਧ ਗਿਆ ਵਾ, ਵੱਡੇ ਵੱਡੇ ਟਰੈਕਟਰ ਲੈ ਰਹੇ ਨੇ, ਹਰ ਇੱਕ ਜ਼ਿਮੀਂਦਾਰ ਜਿਹੜਾ ਵਾ ਉਹ ਟਰੈਕਟਰ ਲੈਣਾ ਚਾਹੁੰਦਾ ਵਾ। ਸੋ ਤੁਹਾਨੂੰ ਲੱਗਦਾ ਵਾ ਜੋ ਪੰਜਾਬ ਦੀ ਕਿਸਾਨੀ ਦਾ ਮਸਲਾ ਵਾ, ਇਹਦਾ ਹੱਲ ਜਿਹੜਾ ਵਾ ਉਹ ਬੇਸਿਕਲੀ ਕੋਆਪਰੇਟਿਵ ਫਾਰਮਿੰਗ ਜਾਂ ਸਹਿਕਾਰੀ ਜਿਹੜਾ ਸਿਸਟਮ ਹੈ ਉਹਨੂੰ ਲੈ ਕੇ ਆਉਣ ਦੀ ਲੋੜ ਹੈ? ਇਹ ਕੌਣ ਆ ਸਾਨੂੰ ਸਲਾਹ ਦੇਣ ਵਾਲਾ? ਇਹ ਬੜੀ ਦੇਰ ਤੋਂ ਸਲਾਹ ਆ ਰਹੀ ਹੈ। ਗੱਲ ਇਹ ਹੈ ਜਿਹੜੇ ਨਾ ਜਿਹੜੇ ਸਾਨੂੰ ਬਾਹਰ ਦੇ ਦਾਨਿਸ਼ਵਰ ਇਸ ਤਰ੍ਹਾਂ ਸੁਣਾਵਾਂ ਦਿੰਦੇ ਨੇ ਵੀ ਏਦਾਂ ਹੋ ਜਾਏ ਏਦਾਂ ਹੋ ਜਾਏ, ਉਹ ਆਪ ਆ ਕੇ ਕਰਨ ਖਾਂ ਫਿਰ ਲੱਗ ਜਾ ਪਤਾ। ਇਹ ਜਿਹੜੇ ਸਾਹਿਲ ਕੇ ਤਮਾਸ਼ਾਈ ਹਰ ਡੂਬਨੇ ਵਾਲੇ ਪਰ ਅਫਸੋਸ ਤੋਂ ਕਰਤੇ ਹੈ ਇਮਦਾਦ ਨਹੀਂ ਕਰਦੇ, ਇਹੋ ਜਿਹੀਆਂ ਗੱਲਾਂ ਉਹ ਆਪਣੇ ਆਪ ਨੂੰ ਸਮਝਾਉਂਦੇ ਨੇ ਵੀ ਅਸੀਂ ਬੜੇ ਜੀ ਸਿਆਣੇ ਹਾਂ, ਅਸੀਂ ਬੜੀਆਂ ਸਕੀਮਾਂ ਦੇ ਸਕਦੇ ਹਾਂ, ਅਸੀਂ ਬੜਾ ਕੁਝ ਕਰ ਸਕਦੇ ਹਾਂ, ਲੇਕਿਨ ਉਹ ਸਕੀਮਾਂ ਕਿੱਥੇ ਨੇ? ਅੱਜ ਤੀਕਰ ਪੌਣੀ ਸਦੀ ਲੰਘ ਗਈ ਹੈ, ਸਾਡੇ ਸਾਡਾ ਹਾਣੀ ਉਸ ਵੇਲੇ ਦਾ ਜਪਾਨ ਹੈ। ਜਪਾਨ ਨੇ ਅਮਰੀਕਾ ਦੇ ਡਾਲਰ ਨੂੰ ਡੀਵੈਲਿਊ ਕਰਨ ਲਈ ਮਜਬੂਰ ਕਰ ਦਿੱਤਾ ਸੀ, ਅਸੀਂ ਡੀਵੈਲਿਊ ਕਰੀ ਤੁਰੇ ਜਾਣ ਡਏ ਹਾਂ, ਅਸੀਂ ਕਿਉਂ ਨਹੀਂ ਉਹਨਾਂ ਕੋਲੋਂ ਸਿੱਖਦੇ ਜਿਹੜੇ ਅੱਗੇ ਵਧੇ ਨੇ? ਜਪਾਨ ਵਿੱਚ ਕਿੱਡੀਆਂ ਕਿੱਡੀਆਂ ਵੱਡੀਆਂ ਖੇਤੀਆਂ ਨੇ, ਉੱਥੇ ਉਹਨਾਂ ਨੇ ਕਿੱਦਾਂ ਅਮਰੀਕਾ ਵਰਗਿਆਂ ਦੇ ਡਾਲਰ ਦਾ ਸਿਰ ਨੀਵਾਂ ਕਰ ਦਿੱਤਾ? ਇਹ ਇਸ ਕਰਕੇ ਇਹ ਜਿਹੜੇ ਬਹੁਤੇ ਸਿਆਣੇ ਬਣ ਬਣ ਕੇ ਸਾਨੂੰ ਸਲਾਹ ਦਿੰਦੇ ਨੇ ਵੀ ਸਾਨੂੰ ਪਤਾ ਹੀ ਕੱਖ ਨਹੀਂ, ਇਹ ਠੀਕ ਗੱਲ ਹੈ ਵੀ ਸਾਨੂੰ ਉਹਨਾਂ ਦੇ ਲੈਵਲ ਦੇ ਉੱਤੇ ਅਸੀਂ ਉਹਨਾਂ ਦੀ ਇਹੋ ਜਿਹੀਆਂ ਗੱਲਾਂ 'ਚ ਆ ਗਏ ਹਾਂ ਆ ਜਾਂਦੇ ਹਾਂ, ਨਹੀਂ ਆਉਣਾ ਚਾਹੀਦਾ। ਇਹ ਜਿਹੜੇ ਇਸ ਤਰ੍ਹਾਂ ਦੀਆਂ ਗੱਲਾਂ ਕਰਦੇ ਨੇ ਵੀ ਜਿੱਦਬਾਜ਼ੀ ਕਰਨੀ ਹੈ, ਮੈਂ ਜੋ ਆਦਤ ਹੈ ਉਹ ਹੀ ਪੱਥਰ 'ਤੇ ਡੀਕ ਹੈ, ਇਹ ਤਾਂ ਨਹੀਂ ਹੁੰਦਾ। ਮਾਨ ਸਾਹਿਬ, ਜਿਸ ਵੇਲੇ ਕਿਸਾਨ ਐਜੂਟੇਸ਼ਨ ਚੱਲ ਰਹੀ ਸੀ 2021-22 ਦੇ ਵਿੱਚ, ਉਦੋਂ 32 ਜਥੇਬੰਦੀਆਂ ਇਕੱਠੀਆਂ ਹੋਈਆਂ, ਨੌਰਥ ਇੰਡੀਆ ਦੇ ਕਿਸਾਨ ਕਰੀਬ ਕਰੀਬ ਸਾਰੇ ਇਕੱਠੇ ਹੋਏ, ਉਸ ਤੋਂ ਬਾਅਦ ਫਿਰ ਉਹ ਖੇਰੂ ਖੇਰੂ ਹੋ ਗਈਆਂ, ਕੁਝ ਜਥੇਬੰਦੀਆਂ ਨੇ ਇਲੈਕਸ਼ਨਾਂ ਵੀ ਲੜੀਆਂ। ਸੋ ਤੁਹਾਨੂੰ ਲੱਗਦਾ ਵਾ ਕਿ ਕਿਸਾਨੀ ਮਸਲੇ ਹੱਲ ਕਰਨ ਵਾਸਤੇ ਕਿਸਾਨਾਂ ਨੂੰ ਖੁਦ ਆਪਣੀ ਪਾਰਟੀ ਬਣਾ ਕੇ ਸਿਆਸਤ ਦੇ ਵਿੱਚ ਆਉਣਾ ਚਾਹੀਦਾ? ਪਹਿਲੀ ਗੱਲ ਹੈ ਸਾਨੂੰ ਦੇਖੋ ਸੂਝ-ਬੂਝ ਪੈਦਾ ਕਰਨੀ ਚਾਹੀਦੀ ਹੈ, ਸਾਨੂੰ ਜੇ ਕੋਈ ਵਰਗਲਾਏ ਤਾਂ ਪਤਾ ਹੋਣਾ ਚਾਹੀਦਾ ਵੀ ਸਾਨੂੰ ਵਰਗਲਾ ਰਿਹਾ, ਜੇ ਸਾਨੂੰ ਕੋਈ ਧੋਖਾ ਦੇਵੇ ਤਾਂ ਪਤਾ ਹੋਣਾ ਚਾਹੀਦਾ ਵੀ ਸਾਡਾ ਹਮਦਰਦ ਨਹੀਂ। ਜਿਹੜੀ ਅਮਰਵੇਲ ਸੰਧੂ ਸਾਹਿਬ ਸਾਡੇ ਸਿਰ ਦੇ ਉੱਤੇ ਚੜ੍ਹੀ ਹੋਈ ਹੈ, ਉਹ ਅਮਰਵੇਲ ਸਾਨੂੰ ਆਖਣ ਡਈ ਹੈ ਵੀ ਜੇ ਮੈਂ ਨਾ ਹੋਵਾਂ ਤਾਂ ਤੁਹਾਡਾ ਤੁਸੀਂ ਤਾਂ ਖਤਮ ਹੋ ਜਾਓ ਸਾਰੇ, ਤੁਹਾਨੂੰ ਛਾਂ ਮੈਂ ਹੀ ਕੀਤੀ ਹੋਈ ਹੈ। ਉਹ ਸਾਡਾ ਖੂਨ ਚੂਸਦੀ ਪਈ ਹੈ ਅਮਰਵੇਲ ਜਿਹੜੀ ਹੈ, ਜਿੰਨਾ ਚਿਰ ਅਸੀਂ ਇਹ ਪਛਾਣ ਨਹੀਂ ਸਕਦੇ ਵੀ ਇਹ ਕਿੱਥੇ ਹੈ ਕੌਣ ਹੈ, ਉਹਨਾਂ ਚਿਰ ਸਾਨੂੰ ਅਮਰਵੇਲ ਨਹੀਂ ਸਾਨੂੰ ਸਲਾਹਾਂ ਦਿੰਦੀ ਫਿਰਦੀ ਆ ਵੀ ਤੁਹਾਨੂੰ ਜੀ ਹੁਣ ਇੱਦਾਂ ਕਰਨਾ ਚਾਹੀਦਾ ਤੇ ਤੁਹਾਨੂੰ ਇੱਦਾਂ ਕਰਨਾ ਚਾਹੀਦਾ।
ਸੋ ਇਹ ਅਮਰਵੇਲ ਨੂੰ ਗਲੋਂ ਕਿਵੇਂ ਲਾਈਏ? ਗਿਆਨ ਸਭ ਤੋਂ ਵੱਡੀ ਚੀਜ਼ ਹੈ। ਸਾਨੂੰ ਪਤਾ ਲੱਗੇ ਵੀ ਇਹ ਅਮਰਵੇਲ ਹੈ, ਇਹ ਸਾਡਾ ਸਾਥੀ ਨਹੀਂ, ਇਹ ਸਾਡੇ ਹਮਦਰਦ ਨਹੀਂ, ਲੇਕਿਨ ਉਹਦੇ ਗਿਆਨ ਦੀ ਲੋੜ ਹੈ। ਔਰ ਅੰਬਰਵੇਲ ਕਦੀ ਗਿਆਨ ਨਹੀਂ ਸਾਨੂੰ ਆਉਣ ਦੇਣਾ ਚਾਹੁੰਦੀ, ਇਹ ਗਿਆਨਵਾਨ ਹੋ ਜਾਣ। ਮਾਨ ਸਾਹਿਬ, ਅਖੀਰਲਾ ਮੇਰਾ ਸਵਾਲ ਆ ਕਿ ਹੁਣ ਜਿੱਥੇ ਗੱਲ ਖੜੀ ਆ, MSP ਦੇ ਉੱਤੇ ਕਮੇਟੀ ਬਣਨੀ ਸੀਗੀ, ਉਹ ਕਮੇਟੀ ਬਣੀ, ਮੇਰੇ ਖਿਆਲ ਬਣੀ ਨਹੀਂ, ਕਮੇਟੀ ਵਿੱਚ ਹੀ ਗੱਲ ਪਈ ਆ। ਕਿਸਾਨ, ਦੋ ਜਾਂ ਤਿੰਨ ਕਿਸਾਨ ਜਥੇਬੰਦੀਆਂ ਜਿਹੜੀਆਂ ਵਾ ਉਹ ਬਾਰਡਰਾਂ ਦੇ ਉੱਤੇ ਧਰਨੇ ਦੇ ਰਹੀਆਂ ਵਾ। ਕਮੇਟੀ ਬਣੀ ਹੋਈ, ਹਾਂਜੀ ਕਮੇਟੀ ਬਣੀ ਹੋਈ ਹੈ ਜੀ, ਕਮੇਟੀ ਐਗਜ਼ਿਸਟ ਕਰਦੀ ਪਈ ਹੈ, ਉਹ ਆਪਣੀ ਚਾਰਾਜੋਈ ਕਰਦੀ ਪਈ ਹੈ, ਲੇਕਿਨ ਉਸ ਚਾਰਾਜੋਈ ਦੇ ਵਿੱਚ ਜੇ ਕੋਈ ਸੋਚ ਵਿਚਾਰ ਹੋਵੇ ਤੇ ਸੋਚ ਵਿਚਾਰ ਵਿੱਚ ਇੱਧਰ ਉੱਧਰ ਸਲਾਹਾਂ ਲੈਣ ਦੇਣ ਵਾਲੇ ਹੋਣ, ਪਰ ਉਹ ਜਦੋਂ ਜਿਨ੍ਹਾਂ ਨਾਲ ਉਹਨਾਂ ਨੇ ਸੋਚ ਵਿਚਾਰ ਕਰਨੀ ਹੈ ਉਹ ਇਸੇ ਲੈਵਲ ਤੇ ਜੇ ਸੋਚਦੇ ਹੋਣ ਕਿ ਨਹੀਂ ਜੋ ਅਸੀਂ ਆਉਂਦੇ ਹਾਂ ਉਹੀ ਠੀਕ ਹੈ, ਉਹ ਟਲ ਸਿੰਚਾਈ ਹੈ, ਠੀਕ ਨਹੀਂ, ਕਮੇਟੀ ਹੈਗੀ। ਸੋ MSP ਵਾਸਤੇ ਕਮੇਟੀ ਹੈ, ਲੇਕਿਨ ਉਹਦੇ ਨਾਲ ਜਿਹਨਾਂ ਨੇ ਗੱਲਬਾਤ ਕਰਨੀ ਚਾਹੀਦੀ ਸੀ ਕਿਸਾਨਾਂ ਵੱਲੋਂ, ਉਹ ਕਿਸਾਨ ਗੱਲ ਨਹੀਂ ਕਰ ਰਹੇ, ਇਸ ਕਰਕੇ ਮਸਲਾ ਫਸਿਆ ਹੋਇਆ। ਹਾਂ ਨਹੀਂ ਉਹ ਨਹੀਂ 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 ਉਹਨਾਂ ਨੂੰ ਰੈਕੋਗਨਾਈਜ਼ ਨਹੀਂ ਕਰ ਰਹੇ। ਅਸਲ 'ਚ ਉਸ ਜਦੋਂ ਕਮੇਟੀ ਬਣੀ ਸੀ ਨਾ, ਉਸ ਕਮੇਟੀ ਬਣਨ ਵਿੱਚ ਉਸ ਵੇਲੇ ਵੀ ਇਹ ਗੱਲ ਹੋਈ ਸੀ ਕਿ ਜਿਹੜੀਆਂ ਉਸ ਵੇਲੇ ਤੁਸੀਂ ਗਿਣ ਰਹੇ ਹੋ ਨਾ ਕਿੰਨੀਆਂ ਜਥੇਬੰਦੀਆਂ, 31-32 ਹੁਣ ਪਤਾ ਨਹੀਂ ਕਿੰਨੀਆਂ ਹੋ ਗਈਆਂ ਨੇ, ਪਰ ਪਿੰਡ ਦੀਆਂ ਜਥੇਬੰਦੀਆਂ ਹੋ ਗਈਆਂ, ਕੋਈ ਗੱਲ ਨਹੀਂ, ਜਥੇਬੰਦੀ ਵਾਲੀ ਤਾਂ ਕੋਈ ਗੱਲ ਰਹਿ ਨਹੀਂ ਗਈ, ਲੇਕਿਨ ਉਦੋਂ ਜਿੰਨਾ ਉਹ ਕਮੇਟੀ ਬਣਾਈ ਸੀ ਉਦੋਂ ਉਹਨਾਂ ਨੂੰ ਆਖਿਆ ਸੀ ਵੀ ਤੁਸੀਂ ਆਓ ਇਸ ਕਮੇਟੀ ਦੇ ਵਿੱਚ ਸਲਾਹ ਦਿਓ। ਉਹ ਆਖਦੇ ਨਾ ਜੀ ਅਸੀਂ ਕਮੇਟੀ ਮੁੰਡੀ ਦੀ ਪਰਵਾਹ ਨਹੀਂ, ਅਸੀਂ ਤਾਂ ਗੱਲ ਹੀ ਕੋਈ ਨਹੀਂ। ਇਸ ਕਰਕੇ ਨਾ ਨਹੀਂ ਉਹ ਜਦੋਂ ਇਸ ਹੋਏ ਹੋਏ ਵੀ ਅਸੀਂ ਮੰਨਣੀ ਨਹੀਂ, ਜਿੱਥੇ ਅਸੀਂ ਜਿੱਦ ਕਰਕੇ ਬਹਿ ਗਏ ਹਾਂ ਅਸੀਂ ਉੱਥੇ ਹੀ ਰਹਿਣੀ ਹੈ, ਉਹਦੇ ਪਿੱਛੇ ਪਤਾ ਨਹੀਂ ਤਰਕ ਕੀ ਹੈ, ਸੋਚ ਕੀ ਹੈ, ਕਿੱਥੋਂ ਉਹਨਾਂ ਨੂੰ ਉਹ ਆ ਰਹੀ ਹੈ ਕਿ ਨਾ ਮੰਨਿਓ ਨਾ ਕਿਤੇ ਤੁਸੀਂ ਇਹ ਗੱਲ। ਤੇ ਜਦੋਂ ਉਹਨਾਂ ਨੂੰ ਪਿੱਛੋਂ ਖਰੇ ਕੌਣ ਕੌਣ ਆਉਂਦਾ ਪਿਆ ਵੀ ਮੰਨਿਓ ਨਾ, ਤੁਸਾਂ ਨਹੀਂ ਜੇ ਮੰਨਣੀ ਜੋ ਮਰਜ਼ੀ ਕੁਝ ਹੋ ਜਾਏ, ਦੱਸੋ ਫਿਰ ਕੀ ਹੋਇਆ। ਸੋ ਤੁਹਾਨੂੰ ਤੁਹਾਡੇ ਕਹਿਣ ਦਾ ਮਤਲਬ ਹੈ ਵੀ ਜੋ ਕਿਸਾਨੀ ਮਸਲਾ ਜਿਹੜਾ ਅੜਿਆ ਹੋਇਆ ਵਾ, ਇਹ ਕਿਸਾਨਾਂ ਦੀ ਜਾਂ ਕਿਸਾਨੀ ਜਥੇਬੰਦੀਆਂ ਦੇ ਕਿਸਾਨੀ ਲੀਡਰਾਂ ਦੇ ਜ਼ਿੱਦ ਕਰਕੇ ਅੜਿਆ ਹੋਇਆ ਵਾ? ਉਹਨਾਂ ਦੇ ਆਪਣੇ ਇੰਟਰਸਟ ਹੋਣਗੇ, ਉਹਨਾਂ ਦੇ ਕਿਸੇ ਆਪਣੇ ਇੰਟਰਸਟ ਹੋਣਗੇ ਨੰਬਰ 1। ਉਹਨਾਂ ਨੂੰ ਪਤਾ ਨਹੀਂ ਗਾਈਡ ਕੌਣ ਕਰਦਾ ਪਿਆ ਫੇਸ ਦੇ ਉੱਤੇ, ਤੇ ਉਹਨੇ ਲੀਡਰਸ਼ਿਪ ਹੈ, ਉਹਨਾਂ ਨੂੰ ਪਿੱਛੋਂ ਗਾਈਡ ਕੌਣ ਕਰਦਾ ਪਿਆ, ਇਸ਼ਾਰਾ ਕੌਣ, ਤਣਾਵਾਂ ਕਿਹਦੇ ਹੱਥ 'ਚ ਜਿਹੜੀ ਉਹ ਗੁੱਡੀ ਉਡਾਉਂਦੇ ਪਏ ਨੇ। ਪਰ ਮਾਨ ਸਾਹਿਬ, ਤੁਹਾਡੀਆਂ ਗੱਲਾਂ ਤੋਂ ਐਂ ਲੱਗ ਰਿਹਾ ਵੀ ਤੁਸੀਂ ਸਰਕਾਰ ਯਾਨੀ BJP ਸਰਕਾਰ ਨੂੰ, ਜਿਹੜੀ ਇਸ ਵੇਲੇ ਮੌਜੂਦਾ ਸਰਕਾਰ ਆ, ਉਹਨੂੰ ਬੇਲ ਆਊਟ ਕਰ ਰਹੇ ਜੇ, ਉਹਨਾਂ ਦਾ ਕੋਈ ਕਸੂਰ ਨਹੀਂ ਜੋ ਇਸ ਵੇਲੇ ਹੋ ਰਿਹਾ ਵਾ? ਨਹੀਂ ਏਦਾਂ ਨਹੀਂ ਸੁਣੀਦਾ, ਏਦਾਂ ਨਹੀਂ ਕਮਰ ਸਾਹਿਬ ਸੋਚੀਦਾ। ਦੇਖੋ ਇਹ ਤੋਹਮਤ ਇਸੇ ਤਰ੍ਹਾਂ ਹੀ ਲਾ ਦਿੰਦੇ ਨੇ ਜਿਹੜੇ ਵੀ ਕੋਈ ਕਰਦੇ ਨੇ। ਕਿਸੇ ਵੇਲੇ ਕਿਸੇ ਨੇ ਤੋਹਮਤ ਲਾ ਦਿਓ ਵੀ ਇਹ ਅਮਰਿੰਦਰ ਸਿੰਘ ਦਾ ਇਹ ਹੈਗਾ, ਕੋਈ ਤੋਹਮਤ ਲਾ ਦੇਗਾ ਇਹ ਬਾਦਲ ਦਾ, ਕੋਈ ਤੋਹਮਤ ਲਾ ਦੇਗਾ ਇਹ BJP ਦਾ, ਕੋਈ ਤੋਹਮਤ ਲਾ ਦੇ, ਏਦਾਂ ਨਹੀਂ ਹੁੰਦਾ, ਏਦਾਂ ਨਹੀਂ ਹੁੰਦਾ। ਜਿਹੜਾ ਉਹਦੀ ਕੋਈ ਜਿਹੜਾ ਇਹ ਕੋਈ ਸੋਚੇ ਭਈ ਇਹ ਮੇਰੀ ਜਿੱਦਾਂ ਦੀ ਸੋਚ ਆ ਉੱਦਾਂ ਨਹੀਂ ਤੁਰਦਾ, ਤੇ ਇਹਦਾ ਮਤਲਬ ਇਹ ਦੂਜੇ ਦਾ, ਏਦਾਂ ਨਹੀਂ ਹੁੰਦਾ।
ਮਾਨ ਸਾਹਿਬ, ਮੇਰਾ ਕੰਸਰਨ ਇਹ ਆ, ਮੈਂ ਇਸ ਕਰਕੇ ਦੁਬਾਰਾ ਦੁਬਾਰਾ ਇਸ ਮਸਲੇ 'ਤੇ ਆ ਰਿਹਾ, ਵੀ ਇਹਦੇ 'ਚ ਕੋਈ ਸ਼ੱਕ ਨਹੀਂ ਕਿਸਾਨਾਂ ਦੇ ਕੁਝ ਮਸਲੇ ਹੈਗੇ ਆ, ਕਾਫੀ ਮਸਲੇ ਆ, ਉਹਨਾਂ ਦਾ ਹੱਲ ਵੀ ਜ਼ਰੂਰੀ ਆ, ਮੁਲਕ ਦੇ ਇੰਟਰਸਟ ਦੇ ਵਿੱਚ, ਲੋਕਾਂ ਦੇ ਇੰਟਰਸਟ ਦੇ ਵਿੱਚ ਉਹਨਾਂ ਦਾ ਹੱਲ ਆ, ਉਹ ਹੱਲ ਕਿਵੇਂ ਹੋਵੇ, ਕਿਵੇਂ ਕੀਤਾ ਜਾਵੇ? ਹੱਲ ਜਿਹੜਾ ਹੈ ਇਹ ਦੇਖੋ, ਇੱਦਾਂ ਐਟ ਦੀ ਫੇਸ ਆਫ ਇਟ ਲੱਗਦਾ ਇਹ ਹੈ ਕਿ ਜਿਹੜੇ ਇਸ ਵੇਲੇ ਜੱਦੋ ਜਹਿਦ ਵਿੱਚ ਨੇ ਉਹ ਹੀ ਹਮਦਰਦ ਨੇ ਦੇਸ਼ ਦੇ, ਅਤੇ ਉਹ ਹੀ ਹਮਦਰਦ ਨੇ ਕਿਸਾਨੀ ਦੇ, ਅਤੇ ਜੇ ਕੋਈ ਉਹਨਾਂ ਦੀ ਸੋਚ ਤੋਂ ਮਾੜੀ ਮੋਤੀ ਵੀ ਕੋਈ ਫਰਕ ਰੱਖੇ ਉਹ ਆਖਣਗੇ ਗਦਾਰ ਹੈ, ਇਹ ਬੇਈਮਾਨ ਹੈ, ਇਹ ਧੋਖੇਬਾਜ਼ ਆ, ਉਹਨੂੰ 100 ਗਾਲਾਂ ਕੱਢਣਗੇ। ਉਹ ਗਾਲਾਂ ਕੱਢਣ ਦੇ ਉਹਨਾਂ ਨੂੰ ਬਿਜ਼ਨਸ ਹੈ, ਜੇ ਗਾਲਾਂ ਕੱਢਣਗੇ ਤੇ ਉਹਨਾਂ ਨੂੰ ਕੋਈ ਆਖੇਗਾ ਨਾ ਬੜੇ ਦਲੇਰ ਨੇ ਤੇ ਬੜੇ ਬਹਾਦਰ ਨੇ ਤੇ ਬੜੇ ਨੇਤਾ ਨੇ ਵੱਡੇ, ਜੇ ਕੋਈ ਗਾਲਾਂ ਹੀ ਨਾ ਕੱਢੇਗਾ ਉਹਨੂੰ ਕੌਣ ਨੇਤਾ ਗਣੇਗਾ? ਇਹ ਸਾਰਾ ਅੱਜ ਦਾ ਸਾਡਾ ਇਦਾਂ ਦਾ ਹੀ ਬਣ ਗਿਆ, ਮਾੜੀ ਗੱਲ ਹੋਈ ਹੈ ਔਰ ਹੋਰ ਮਾੜੀ ਹੋ ਰਹੀ ਹੈ ਕਿ ਅਸੀਂ ਬਜਾਏ ਇਸਦੇ ਕਿ ਕੋਈ ਇਹ ਗੱਲ ਕਰੀਏ ਕਿ ਕੋਈ ਤਰਕ ਨਾਲ ਕੋਈ ਗੱਲ ਤੁਰਦੀ ਹੈ, ਕੋਈ ਅਸੀਂ ਜੇ ਅੜਬੰਗ ਪੁਣੇ ਨਾਲ ਪੱਟ ਤੇ ਥਾਪੀ ਮਾਰ ਕੇ ਅਸੀਂ ਜੇ ਆਖੀਏ ਵੀ ਅਸੀਂ ਡਾਇਲਾਗ ਕਰਦੇ ਪਏ ਹਾਂ ਤੇ ਪੱਟਾਂ ਨਾਲ ਥਾਪੀਆਂ ਮਾਰ ਮਾਰ ਕੇ ਥੋੜ੍ਹਾ ਵਿਚਾਰਾਂ ਹੁੰਦੀਆਂ ਨੇ, ਡਾਇਲਾਗ ਹੁੰਦੇ ਨੇ, ਸੰਧੂ ਸਾਹਿਬ ਏਦਾਂ ਨਹੀਂ ਹੁੰਦਾ, ਏਦਾਂ ਨਹੀਂ ਹੁੰਦਾ, ਇਹ ਐਵੇਂ 4 ਦਿਨਾਂ ਦੀ ਗੱਲ ਹੁੰਦੀ ਹੈ, ਅਸਲੀਅਤ ਸਾਰਿਆਂ ਦੇ ਸਾਹਮਣੇ ਆ ਜਾਂਦੀ ਹੈ। ਸੋ ਬੇਸਿਕਲੀ ਦੁਬਾਰਾ ਨੂੰ ਤੋੜ ਕੇ ਗੱਲਬਾਤ ਦੇ ਜ਼ਰੀਏ ਇਹ ਮਸਲੇ ਹੱਲ ਚਲਾ ਜਾਂਦਾ, ਨੁਕਸਾਨ ਹੋ ਜਾਂਦਾ, ਉਹੋ ਹੀ ਨੁਕਸਾਨ 70-75 ਸਾਲ ਸਾਡਾ ਹੁੰਦਾ ਰਿਹਾ, ਅੱਜ ਅੱਗੋਂ ਵੀ ਉਹੀ ਹੋ ਰਿਹਾ, ਮਾੜੀ ਗੱਲ ਹੋ ਜਾਂਦੀ। ਰਾਈਟ, ਬਹੁਤ ਬਹੁਤ ਧੰਨਵਾਦ ਮਾਨ ਸਾਹਿਬ, ਤੁਸੀਂ ਸਮਾਂ ਕੱਢਿਆ, ਸਾਡੇ ਨਾਲ ਜੁੜੇ, ਥੈਂਕ ਯੂ। ਬਹੁਤ ਮਿਹਰਬਾਨੀ ਸੰਤ ਸਾਹਿਬ, ਤੁਹਾਡੇ ਨਾਲ ਗੱਲਬਾਤ ਕਰਕੇ ਮਨ ਨੂੰ ਸਕੂਨ ਹੁੰਦਾ ਕਿ ਕੋਈ ਨਾ ਕੋਈ ਅਤੇ ਸਾਡੇ ਨਾਲ ਇਸ ਤਰ੍ਹਾਂ ਦੀ ਡੈਪਥ ਵਿੱਚ ਸੋਚਣ ਵਾਲਾ ਸੱਜਣ ਕੋਈ ਸਾਡੇ ਨਾਲ ਗੱਲਬਾਤ ਕਰਦਾ। ਥੈਂਕ ਯੂ ਭਾਅ ਜੀ।